Murdapa! Ramadan Carnaval San Murdapa! 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 Apa rat vi rehna va din vi rehna va apa jeda nyan leke jana va inu inu follow karna va eh nahi puchhi apni aap marzi karni hai itthe marzi da kam nahi koi shaan nahi hai te shaan nahi hai ohna gundagardi kardi apa gunde nahi banna apa ohna nu jeda va apa eh haspatal band karunga band kara ke utha ve je delhi ch tusi ja sakde ha delhi jo nasa band karke baithe haspatal di kiddi gall a ਇਹਨਾਂ ਨੂੰ ਗੁੰਡੇ ਰੱਖਣੇ ਪਏ ਆ ਲੁੱਟ ਖੋ ਕਰਕੇ ਲੋਕ ਗੁੰਡੇ ਰੱਖੇ ਆ ਨਾ ਤਾਂ ਤੁਸੀਂ ਗੁੰਡੇ ਬਣਨਾ ਆਪਾਂ ਜਿਹੜਾ ਸ਼ਿਕਾਰ ਕਰਦੇ ਆ ਆਪਾਂ ਸ਼ਿਕਾਰ ਚ ਲੈ ਗਿਆ ਦਾ ਨਿਆਂ ਲੈ ਕੇ ਉੱਠਾਂਗੇ ਚਾਹੇ ਆ ਗੱਡੀਆਂ ਦਾ ਵਾ ਚਾਹੇ ਉਹ ਮਰੀਜ਼ ਮਾਰਿਆ ਜੀ ਸਰ ਮੇਰਾ ਨਾਮ ਸਤਵੀਰ ਹੈ ਜੀ ਮੈਂ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਜੀ ਤੇ ਸਾਡੇ ਮੇਰੇ ਜੀਜਾ ਜੀ ਸੀਗੇ ਉਹਨਾਂ ਨੂੰ ਕੁਝ ਮਾੜਾ ਮੋਟਾ ਬੁਖਾਰ ਹੋਇਆ ਤੇ ਅਸੀਂ ਸਿਵਲ ਹਸਪੀਟਲ ਕਪੂਰਥਲੇ ਲੈ ਆਏ ਕਪੂਰਥਲੇ ਲੈ ਕੇ ਆਏ ਤੇ ਉੱਥੇ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਕਹਿੰਦੇ ਦੇਖ ਲੈਣੇ ਚੈੱਕ ਕਰਾ ਕੇ ਸਾਰੀਆਂ ਰਿਪੋਰਟਾਂ ਨਾਰਮਲ ਆ ਗਈਆਂ ਨੈਗੇਟਿਵ ਆਈਆਂ ਮਤਲਬ ਸਾਰੀਆਂ ਰਿਪੋਰਟਾਂ ਤਿੰਨੇ ਰਿਪੋਰਟਾਂ ਰੈਪਿਡ ਦੀਆਂ ਆਰਟੀਸੀ ਜੀ ਤੇ ਟਰੰਟ ਵਗੈਰਾ ਸਭ ਨੈਗੇਟਿਵ ਆ ਗਿਆ ਸਰ ਨੈਗੇਟਿਵ ਤੋਂ ਬਾਅਦ ਇਹਨਾਂ ਨੇ ਸਾਨੂੰ ਕਹਿੰਦੇ ਜੀ ਤੁਸੀਂ ਸਕੈਨ ਕਰਾ ਲਓ ਅਸੀਂ ਸਕੈਨ ਕਰਾਇਆ ਕਹਿੰਦੇ ਥੋੜੀ ਬਹੁਤੀ ਇਨਫੈਕਸ਼ਨ ਲੱਗਦੀ ਆ ਪਰ ਸਾਨੂੰ ਨਾ ਅੱਜ ਕੱਲ੍ਹ ਸਰਕਾਰ ਦੇ ਮੁਤਾਬਕ ਉੱਥੇ ਐਡ ਕਰਨਾ ਪੈਂਦਾ ਰਿਹੈਬਿਲੇਸ਼ਨ ਸੈਂਟਰ ਨੂੰ ਕਰੋਨਾ ਵਾਰਡ 'ਚ ਸ਼ਿਫਟ ਕੀਤਾ ਉੱਥੇ ਤੁਸੀਂ ਲੈ ਜਾਓ ਬੰਦੇ ਨੂੰ ਅਸੀਂ ਲੈ ਗਏ ਉੱਥੇ ਉੱਥੇ ਬੰਦਾ ਬਿਲਕੁਲ ਸਾਡਾ ਠੀਕ ਹੋ ਗਿਆ ਜੀ ਬੰਦਾ ਠੀਕ ਹੋ ਗਿਆ ਐਂ ਕਿਹਾ ਬੰਦਾ ਚੱਲ ਫਿਰ ਅਸੀਂ ਜਾਂ ਲੈ ਜਾਈਏ ਇਹਨੂੰ ਕਹਿੰਦੇ ਨਹੀਂ ਇਹਦੇ ਨਾ ਅਜੇ ਸਿਮਟਮ ਹੋਰ ਲੱਗਦੇ ਆ ਤੇ ਤੁਸੀਂ ਇੱਦਾਂ ਕਰੋ ਇਹਨੂੰ ਮਾਨ ਦੇ ਲੈ ਜਾਓ ਜਲੰਧਰ ਅਸੀਂ ਕਿਹਾ ਅਸੀਂ ਮਾਨ ਦੇ ਨਹੀਂ ਜਾ ਸਕਦੇ ਸਾਡਾ ਬੰਦਾ ਠੀਕ ਆ ਸਾਨੂੰ ਦੇ ਦਿਓ ਕਹਿੰਦੇ ਨਹੀਂ ਜੀ ਕਰੋਨਾ ਦੇ ਸਾਨੂੰ ਲੱਗਦਾ ਜੀ ਸ਼ੱਕ ਪੈਂਦੀ ਆ ਐਂ ਕਿ ਰਿਪੋਰਟਾਂ ਕੀ ਕਹਿੰਦੀਆਂ ਕਹਿੰਦੇ ਸਾਰੀਆਂ ਰਿਪੋਰਟਾਂ ਨਹੀਂ ਹੁੰਦੀਆਂ ਕੋਈ ਸਾਡਾ ਐਕਸਪੀਰੀਅੰਸ ਵੀ ਆ ਸਿਵਲ ਹਸਪੀਟਲ ਵਾਲਿਆਂ ਨੇ ਹਾਂਜੀ ਕਪੂਰਥਲੇ ਸਿਵਲ ਹਸਪੀਟਲ ਵਾਲਿਆਂ ਨੇ ਫਿਰ ਸਾਨੂੰ ਅਸੀਂ ਕਿਹਾ ਤੁਸੀਂ ਸਾਨੂੰ ਪਿੰਮਸ ਰੈਫਰ ਕਰੋ ਅਸੀਂ ਮਾਨ ਦਾ ਨਹੀਂ ਰੈਫਰ ਕਰਾਉਣਾ ਉਹਨਾਂ ਨੇ ਮਾਨ ਕੱਟ ਕੇ ਪਿੰਮਸ ਕਰ ਦਿੱਤਾ ਪਰ ਉਹਨਾਂ ਨੇ ਉਹਦੀ ਹਿਸਟਰੀ ਸਾਰੇ ਇਦਾਂ ਦੀ ਬਣਾ ਦਿੱਤੀ ਕਿ ਬੰਦਾ ਤੁਰਦਾ ਫਿਰਦਾ ਖਾਂਦਾ ਪੀਂਦਾ ਉਹਦੀ ਇਹਨਾਂ ਨੇ ਲਿਖ ਦਿੱਤਾ ਇਹ ਲੈਵਲ 3 ਵੈਂਟੀਲੇਟਰ ਆ ਸਰ ਬੰਦਾ ਤੁਰ ਕੇ ਆਇਆ ਵਿਦਆਊਟ ਆਕਸੀਜਨ ਮਤਲਬ ਸਿੰਪਲ ਆਕਸੀਜਨ ਆਪੇ ਲਾਉਂਦੇ ਸੀ ਥੋੜ੍ਹੀ ਬਹੁਤੀ ਉਹ ਵੀ ਇਹਨਾਂ ਨੇ ਕਿਹਾ ਉਹਨੂੰ ਨਹੀਂ ਸੀ ਲੋੜ ਇਹਨਾਂ ਨੇ ਉਹਨੂੰ ਲੈ ਕੇ ਤੇ ਇੱਥੇ ਆ ਕੇ ਸਾਨੂੰ ਭੇਜ ਦਿੱਤਾ ਅਸੀਂ ਇੱਥੇ ਆਏ ਸੀਗੇ ਸਾਰੇ ਮਾਨ ਦੇ ਨਹੀਂ ਲਿਜਾਣਾ ਮਾਨ ਤੋਂ ਇਹਨਾਂ ਨੇ ਸਾਨੂੰ ਅਸੀਂ ਦੂਜੇ ਹਸਪੀਟਲ ਕੋਲ ਲੈ ਜਾਈਏ ਉਹ ਬੰਦਾ ਕਹਿੰਦੇ ਠੀਕ ਹੈ ਤੁਹਾਡਾ ਪਰ ਅਸੀਂ ਰਹਿਦੀ ਨਾ ਜਿਹੜੀ ਆ ਹਿਸਟਰੀ ਦੇ ਮੁਤਾਬਕ ਚੱਲਣਾ ਅਖੀਰੀ ਸਾਨੂੰ ਮਾਨ ਨੇ ਕਿਹਾ ਸੀ ਤੁਹਾਨੂੰ ਮੇਰੇ ਕੋਲ ਆਉਣਾ ਪੈਣਾ ਤੇ ਸਾਨੂੰ ਮਾਨ ਦੇ ਹੀ ਆਉਣਾ ਪਿਆ ਹਾਂਜੀ ਫਿਰ ਅਸੀਂ ਮਾਨ ਦੇ ਲਿਆ ਕੇ ਅਸੀਂ ਕਿ ਚਲੋ ਟ੍ਰੀਟਮੈਂਟ ਸ਼ੁਰੂ ਕਰ ਦਿਓ ਟ੍ਰੀਟਮੈਂਟ ਸ਼ੁਰੂ ਕਰਾਇਆ ਤੇ ਟ੍ਰੀਟਮੈਂਟ ਤੋਂ ਬਾਅਦ ਸਾਰੇ ਨਾਲ 6 ਵੈਂਟੀਲੇਟਰ ਤੇ ਲੱਖਿਆ ਬਿਮਾਰ ਸਾਡਾ ਬੰਦਾ ਕਿੰਨੇ ਦਿਨ ਵੈਂਟੀਲੇਟਰ ਰੱਖੇ 6 ਦਿਨ ਇਹਨਾਂ ਨੇ ਵੈਂਟੀਲੇਟਰ ਤੇ ਰੱਖਿਆ ਬਾਉਂਸਰ ਇਹਨਾਂ ਨੇ ਰੱਖੇ ਹੋਏ ਆ ਕ੍ਰਿਮੀਨਲ ਮੁੰਡੇ ਅੰਦਰ ਅਜੇ ਵੀ ਬੈਠੇ ਗੱਡੀਆਂ ਭਰ ਕੇ ਮੁੰਡੇ ਆਏ ਆ ਕਿਸੇ ਨੂੰ ਇਹ ਨਿਆਂ ਨਹੀਂ ਦਿੰਦਾ ਪੇਸ਼ੈਂਟ ਫੀਸ ਲਈ ਜਾਂਦਾ ਰੋਜ਼ ਦੀ ਰੋਜ਼ ਪੇਸ਼ੈਂਟ ਨੂੰ ਮਿਲਣ ਨਹੀਂ ਦਿੰਦਾ ਕੋਈ ਉਹਦੀ ਮੈਡੀਕਲ ਸਮਰੀ ਨਹੀਂ ਦਿੰਦਾ ਕਿ ਕਿਸੇ ਹੋਰ ਨੂੰ ਨਾ ਦਿਖਾ ਲੈਣ ਸਾਡੀ ਕਿੰਨੇ ਪੈਸੇ ਤੁਸੀਂ ਦੇ ਚੁੱਕੇ ਹੁਣ ਸਾਰੇ ਅਸੀਂ ਇੱਥੇ 5.5-4.5 5.5 ਲੱਖ ਰੁਪਇਆ ਗਰੀਬ ਦੇ ਚੁੱਕੇ ਆ ਸਾਨੂੰ ਇਹ ਰਸੀਦਾਂ ਨਹੀਂ ਦੇ ਰਿਹਾ ਸਰ ਇਹ ਰਸੀਦਾਂ ਨਹੀਂ ਦੇ ਰਿਹਾ ਅਸੀਂ ਇਹਨੂੰ ਕਹਿ ਰਹੇ ਸਾਨੂੰ ਰਸੀਦਾਂ ਦੇ ਅਖੀਰੀ ਸਾਨੂੰ ਇਹਨੇ ਮੈਡੀਸਨ ਦੀਆਂ ਕੁਝ ਰਸੀਦਾਂ ਦਿੱਤੀਆਂ ਆਖਰੀ ਰਸੀਦ ਸਾਨੂੰ ਅੱਜ ਇਹਨੇ ਮੈਡੀਕਲ ਦਾ 20,000 ਹੋਰ ਜਮ੍ਹਾਂ ਕਰਾਇਆ ਅੱਜ ਦਾ ਕਹਿੰਦਾ ਪੇਸ਼ੈਂਟ ਬਿਲਕੁਲ ਨਾਰਮਲ ਆ ਹਾਂਜੀ ਹੁਣ ਅੱਧਾ ਘੰਟਾ ਘੰਟਾ ਪਹਿਲਾਂ ਸਾਨੂੰ ਕਹਿੰਦਾ ਤੁਹਾਡਾ ਪੇਸ਼ੈਂਟ ਨਹੀਂ ਬਚਿਆ ਸਰ ਬਿਲਕੁਲ ਹੀ ਧੱਕਾ ਕੀਤਾ ਸਾਡੇ ਨਾਲ ਅਸੀਂ ਡੀਸੀ ਕਪੂਰਥਲਾ ਨੂੰ ਫੋਨ ਕਰਦੇ ਰਹੇ ਆਫਿਸ ਦੇ ਵਿੱਚ ਉਹਨਾਂ ਨੇ ਸਾਡਾ ਫੋਨ ਚੱਕਣਾ ਵੀ ਹਿਸਾਬ ਨਹੀਂ ਸਮਝਿਆ ਕਿਸੇ ਦਾ ਨਾਰਮਲ ਡੀਲ ਕਰ ਲੈਂਦੇ ਚਲੋ ਅਸੀਂ ਪੁਲਿਸ ਵਾਲੇ ਆਏ ਕੋਈ ਕਾਰਵਾਈ ਨਹੀਂ ਕਰ ਰਹੇ ਇਹਦੇ ਤੇ ਹੁਣ ਸਾਨੂੰ ਕਹਿੰਦਾ ਤੁਹਾਨੂੰ ਡੈਡ ਬੋਡੀ ਨਹੀਂ ਦੇਣੀ ਕਾਤੋਂ ਦੇਣੀ ਸਰ ਕਹਿੰਦਾ ਤੁਹਾਨੂੰ ਡੈਡ ਬੋਡੀ ਨਹੀਂ ਦੇਣੀ ਤੁਸੀਂ ਮੇਰੇ ਨਾਲ ਮਿਸ ਵੀ ਬੋਲਦੇ ਆ ਤੁਸੀਂ ਮੈਨੂੰ ਉੱਚਾ ਬੋਲਦੇ ਆ ਸਰ ਸਾਡਾ ਬੰਦਾ ਚਲਾ ਗਿਆ ਅਸੀਂ ਉੱਚਾ ਵਾਲਾ ਬੋਲੀਏ ਸਿਰਫ ਸਾਨੂੰ ਇਹੀ ਆ ਵੀ ਕੋਈ ਬੰਦਾ ਮਾਨ ਮੈਡੀਸਿਟੀ ਨਾ ਆਇਓ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ये बात कही है कि हमारा जो लड़का है पार्टी उसका आयुकाल उसका जो हैगा अभी उसकी कोरोना के कारण नहीं डेथ हुई उसकी जड़ी या डेथ हुई जड़ी या ओरिजन के कारण है इसके लिए हमने जो मेडिकल बना के इसका जो पोस्टमार्टम है वो मेडिकल एक्सपर्ट के लिए कराएंगे जैसे मेडिकल एक्सपर्ट में जो रीज़न होगा मौत का उस मुताबिक उनकी कार्रवाई की जाएगी जो परिवारिक मेंबरों ने ये दोष लगाया हैगा कि जो बाउंसर है उन्होंने हमारे साथ की है उसके लिए हम सीसीटीवी कैमरे का जो टेक्निकल एक्सपर्ट बुला रहे हैं वो कैमरा भी पा रहे हैं अगर हम उसको वाचेंगे अगर जहाँ कार्रवाई हुई उनके पास धक्का मुक्की हुई जहाँ हाथों पाई हुई जहाँ किसी के और भी लगा चोट भी लग दिया अकॉर्डिंग टू MLR और जो सीसीटीवी फुटेज हक ते सच की खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़